ਸੀ ਚਾਹ ਤੋਂ ਬੰਦ ਘਟੇ ਹੋ ਚੁੱਕੇ ਆ ਇਸ ਦੇ ਅਜੀ ਕੁੱਟੀ ਜਾ ਰਹੇ ਨੇ ਬਾਰ ਬਾਰ ਇਸ ਦੇ ਹੁਣ ਭਾਜੀ ਤਿਆਰ ਹੋ ਗਿਆ ਆਪਣਾ ਹਾਂਜੀ ਤਿਆਰ ਇਹ ਤੁਸੀਂ ਬਾਹਰ ਆ ਰਹੇ ਹੁਣ ਇਹ ਰੀਅਲ ਹੁੰਦੀ ਬਿਲਕੁਲ ਬਿਲਕੁਲ ਪਿਓਰ ਪਿਓਰ ਚਾਂਦੀ ਕੀ ਬਾਤ ਹੈ ਇਹ ਖਾ ਵੀ ਦੱਸਦੇ ਖਾਣੋ ਅਰੇ ਵਾਹ ਕੀ ਬਾਤ ਹੈ ਓਹ ਹੋ ਹੋ ਕੀ ਬਾਤ ਹੈ ਮੇਰਾ ਭਾਜੀ ਦੇਖੋ ਖਾ ਕੇ ਦਿਖਾ ਤਾ ਹੁਣ ਮੈਂ ਤਿਆਰ ਗੋਲਡ ਕੀ ਬਾਤ ਹੈ ਜੀ ਪਿਓਰ ਗੋਲਡ ਬਿਲਕੁਲ ਪਿਓਰ 24 ਕੈਰੇਟ ਗੋਲਡ ਕੀ ਅੱਜ ਆਪਾਂ ਪਹੁੰਚ ਗਏ ਅੰਮ੍ਰਿਤਸਰ ਪੰਜਾਬ 'ਚ ਤੇ ਅੱਜ ਤੁਹਾਨੂੰ ਇਹ ਜੀ ਚੀਜ਼ ਖਾਣ ਲੱਗੇ ਜੀ ਤੁਸੀਂ ਮਠਾਈਆਂ 'ਚ ਵੇਖਿਆ ਹੋਣਾ ਇਹ ਵੇਖ ਲਓ ਇਹ ਵਰਕ ਲੱਗਦੇ ਵੇ ਜੀ ਇਹ ਨਾ ਤਸਵੀਰ ਅੰਕਲ ਜੀ ਤਸਵੀਰ ਅੰਕਲ ਜੀ ਕੀ ਕਰ ਰਹੇ ਹੋ ਇਹ ਵਰਕ ਬਣਾ ਰਹੇ ਚਾਂਦੀ ਦੇ ਚਾਂਦੀ ਦੇ ਵਰਕ ਬਣ ਰਹੇ ਹਾਂ ਵਾਹ ਕੀ ਬਾਤ ਹੈ ਜੀ ਅੰਕਲ ਇਹ ਬੰਦੇ ਕਿਤੇ ਹੋਰ ਥੋੜਾ ਦੱਸੋ ਕਿਹਦੇ ਬਾਰੇ ਇਹ ਵਿੱਚ ਬਾਗ ਕੁੱਟਾਂਗੇ ਨੂੰ ਅੱਛਾ ਜੀ ਚਾਂਦੀ ਦੇ ਅੱਛਾ ਜੀ ਚਾਰ ਬੰਦੀ ਘੜੀ ਕਿਹੜਾ ਬੰਦਾ ਅੱਛਾ ਜੀ ਅੰਕਲ ਇਹ ਪੇਪਰ ਕਿਤੇ ਬੰਦਾ ਥੋੜਾ ਦੱਸੋ ਕਿਹਦੇ ਬਾਰੇ ਪੇਪਰ ਬਾਹਰ ਦਾ ਪੇਪਰ ਹੁੰਦਾ ਅੱਛਾ ਬਾਹਰ ਦਾ ਪੇਪਰ ਹੁੰਦਾ ਹਾਂ ਇਹ ਤਾਂ ਮੈਂ ਸੁਣਿਆ ਕਿ ਨਾਰਮਲ ਜਿਹੜਾ ਕੋਈ ਬੰਦਾ ਹੁੰਦਾ ਸਾਹਿਬ ਪੇਪਰ ਨਹੀਂ ਨਹੀਂ ਉਹ ਗਲਤ ਗੱਲ ਹੈ ਅੱਛਾ ਗਲਤ ਹੈ ਉਹ ਇੱਥੇ ਕਵਰ ਚੜਦਾ ਅੱਛਾ ਜੀ ਉਹ ਜਿਸ ਤਰ੍ਹਾਂ ਬੱਚਿਆਂ ਦਾ ਹੁੰਦਾ ਨਹੀਂ ਹਾਂਜੀ ਹਾਂਜੀ ਕਾਪੀ ਤੇ ਜੈਲ ਤੋਂ ਅੱਛਾ ਅੱਛਾ ਉਹ ਤੇ ਇੱਕ ਕਵਰ ਹੁੰਦਾ ਇਹ ਵਾਲਾ ਕਵਰ ਇਹ ਕਵਰ ਅੱਛਾ ਅੱਛਾ ਇਹ ਕਵਰ अच्छा सोने अमृतसर अरे वाह क्या बात है तो इस तरीके ਨਾਲ ਇਹ ਕੁੱਟਿਆ ਜਾਂਦਾ ਵੇਖਦੇ ਹੋ ਤੁਸੀਂ ਇਹ 4 ਤੋਂ 5 ਘੰਟੇ ਲਗਾਤਾਰ ਵੇਖਦੇ ਹੋ ਇਹ ਭਾਜੀ ਇਥੇ ਕੁੱਟਣਗੇ ਨੂੰ ਕੀ ਬਾਤ ਹੈ ਜੀ ਰੈਸਿਡੈਂਸੀ 4 ਤੋਂ 5 ਘੰਟੇ ਹੋ ਚੁੱਕੇ ਆ ਤੇ ਇਸ ਦੇ ਭਾਜੀ ਕੁੱਟੀ ਜਾ ਰਹੇ ਨੇ ਬਾਰ-ਬਾਰ ਇਸ ਦੇ ਹੁਣ ਭਾਜੀ ਤਿਆਰ ਹੋ ਗਿਆ ਆਪਣਾ ਹਾਂਜੀ ਹਾਂਜੀ ਤਿਆਰ ਹੋ ਗਏ ਤੁਹਾਨੂੰ ਖੋਲ ਕੇ ਦਿਖਾਉਣੇ ਹੁਣੇ ਅਰੇ ਵਾਹ ਕੀ ਬਾਤ 4 5 ਘੰਟੇ ਮਤਲਬ ਭਾਜੀ ਕਾਫੀ ਮਿਹਨਤ ਦਾ ਕੰਮ ਹੈ ਹੈ ਨਾ ਹਾਂਜੀ ਬਹੁਤ ਮਿਹਨਤ ਦਾ ਕੰਮ ਜੀ ਇਹ ਦੇਖੋ ਜੀ ਇਸ ਦੇ ਇਹ ਤੁਸੀਂ ਬਾਹਰ ਆ ਰਹੇ ਹੁਣ ਕੀ ਬਾਤ ਹੈ ਜੀ ਮਤਲਬ ਜੀ ਜੀ ਚਾਂਦੀ ਐ ਚ ਪੈਂਦੀ ਰੀਅਲ ਹੁੰਦੀ ਬਿਲਕੁਲ ਬਿਲਕੁਲ ਪਿਓਰ ਪਿਓਰ ਚਾਂਦੀ ਕੀ ਬਾਤ ਹੈ ਜੀ ਇਹ ਦੇਖੋ ਜੀ ਇਹ ਚਾਂਦੀ ਦਾ ਵਰਕ ਦੇਖ ਸਕਦੇ ਤਿਆਰ ਹੋ ਚੁੱਕਾ ਕਿੰਨਾ ਛੋਟਾ ਜਿਹਾ ਪੀਸ ਹੁਣ ਕਿੰਨਾ ਵੱਡਾ ਹੋ ਚੁੱਕਾ ਹੈ ਇਹ ਵੀ ਸੁਣਦੇ ਇਹਨੂੰ ਬਰੀਕ ਕੀਤਾ ਜਾਂਦਾ ਚੰਗੀ ਤਰ੍ਹਾਂ ਅਰੇ ਵਾਹ ਹੱਥ ਖਤਮ ਹੋ ਗਿਆ ਖਾ ਕੇ ਵੀ ਦੱਸ ਦੇ ਅਰੇ ਵਾਹ ਇਹ ਖਾ ਵੀ ਦੱਸ ਦੇ ਖਾਣੋ ਅਰੇ ਵਾਹ ਕੀ ਬਾਤ ਹੈ ਓਹ ਹੋ ਹੋ ਕੀ ਬਾਤ ਹੈ ਮੇਰਾ ਬਾਜੀ ਦੇਖੋ ਖਾ ਕੇ ਦਿਖਾ ਤਾ ਉਹਨੂੰ ਮੈਂ ਤਿਆਰ ਹੈ ਬਾਜੀ ਹੈ ਨਾ ਬਿਲਕੁਲ ਤਿਆਰ ਬਿਲਕੁਲ ਮਚ ਗਏ ਇਹ ਸੋਨੇ ਗੋਲਡ ਕੀ ਬਾਤ ਹੈ ਜੀ ਪਿਓਰ ਗੋਲਡ ਬਿਲਕੁਲ ਪਿਓਰ 24 ਕੈਰੇਟ ਗੋਲਡ ਕੀ ਬਾਤ ਹੈ ਜੀ ਤੇ ਭਾਜੀ ਜਿਹੜੇ ਵਰਤ ਤੁਹਾਡੇ ਕੋਲ ਲੈਣਾ ਹੋਵੇ ਕਿਸੇ ਨੇ ਜਾਂ ਤੁਹਾਡੇ ਕੋਲ ਆਉਣਾ ਹੈ ਮਿਲਣ ਲਈ ਕਿੱਥੇ ਆਣਾ ਪਏਗਾ ਪੜਵੇ ਉਹ ਡਸ ਸ਼ੇਰ ਸਿੰਘ ਅਰਸਨ ਸੇ ਗਲੀ ਟਕਸਾਲ ਅੱਛਾ ਜੀ ਕਰਦਾ ਸਿੰਘ ਬਾਜ਼ਾਰ ਵਈਆ ਵਾਲਾ ਅਰੇ ਵਾਹ ਕੀ ਬਾਤ ਹੈ 9640 2248 ਅਮਰਸਰ ਠੀਕ ਹੈ ਜੀ ਤੇ ਟਾਈਮਿੰਗ ਹੀ ਰਹਿੰਦੀ ਹੈ ਤੇ ਤੂੰ ਦੱਸ ਨੰਬਰ ਟਾਈਮਿੰਗ 11 ਤੋਂ 7 ਅੱਛਾ ਜੀ 11 ਤੋਂ 7 ਨੰਬਰ ਤੇ ਆਪਣਾ ਯਾਰ ਮੇਰਾ ਨੰਬਰ ਹੈ 9884 89216 ਤੇ ਗਾਈਜ਼ ਜੇ ਤੁਹਾਨੂੰ ਵੀਡੀਓ ਸੰਡੇ ਆਫ ਸਵੇਰ 11 ਤੋਂ 7 ਵਜੇ ਤੱਕ ਠੀਕ ਹੈ ਜੀ ਤੇ ਗਾਈਜ਼ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਫੋਲੋ ਜ਼ਰੂਰ ਕਰਿਓ ਥੈਂਕ ਯੂ ਸੋ ਮਚ